पंजाब विधानसभा दे विच भर्ती स्कैम नूं लैके मान सरकार सख्त हो गई है ते इस मामले दे विच कारवाई करन दे वी आदेश दे दित्ते गए ने। कहा गया कि जल्द ही इस मामले दे विच जांच करवाई जाएगी। मंत्री हरजोत बैंस दे वलों शिकायत की गई सी कि जो पिछले सैशन दे दौरान पिछली सरकार दे वेले जो पंजाब विधानसभा उस दे विच कई अजिहे उत्थे काम करदे मुलाजम ने कलर्क ने जिहड़े कांग्रसियां दे करीबी ने या फिर उन्हां दे रिश्तेदार ने, तां हुण मान सरकार ने इस ते नोटिस लिया है ते इस ते कहा कि जिहड़े कांग्रसियां दे रिश्तेदारां नूं या करीबियां नूं विधानसभा दे विच नौकरियां दित्तियां गईआं उस नूं लै के हुण जांच होएगी ते बनदी कार्रवाई भी जरूर होएगी। इस ते एक पूरी लिस्ट जारी की गई है क्योंकि 150 दे करीब जिहड़ियां नौकरियां दित्तियां गईआं ने उह सारे कांग्रसियां दे किसी ना किसी लीडर दे करीबी रहे ने जिन्होंने नौकरियां दित्तियां गईआं ने। उन्हां दे बकायदा नाम जिहड़े ने ਉਹ ਸਾਹਮਣੇ ਆਏ ਨੇ ਕਿਉਂਕਿ ਹਰਜੋਤ ਬੈਂਸ ਮੰਤਰੀ ਹਰਜੋਤ ਬੈਂਸ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਦੀ ਸ਼ਿਕਾਇਤ ਨੂੰ ਹੀ ਆਧਾਰ ਬਣਾ ਕੇ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਹੋਣੀ ਹੈ ਤੇ ਕਈ ਲੀਡਰਾਂ ਦੇ ਉੱਪਰ ਇਸ ਦੀ ਹੁਣ ਗਾਜ ਵੀ ਡਿੱਗ ਸਕਦੀ ਹੈ ਕਿਉਂਕਿ ਉਹ ਸਮੇਂ ਜਦੋਂ 2017 ਤੋਂ 2022 ਦੇ ਵਿਚਾਲੇ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਉਸ ਤੇ ਪੂਰੀ ਜਾਂਚ ਹੋਏਗੀ ਜਿਸ ਤੋਂ ਬਾਅਦ ਮਾਨ ਸਰਕਾਰ ਇਸ ਤੇ ਕਾਰਵਾਈ ਕਰ ਸਕਦੀ ਹੈ। ਲਿਸਟ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੇ ਨਾਂ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ ਦੱਸਿਆ ਹੋਇਆ ਹੈ ਇਹ ਸਭ ਉਹ ਨੇ ਜਿਹੜੇ ਹਰਜੋਤ ਬੈਂਸ ਦੇ ਵੱਲੋਂ ਹੀ ਜਿਨ੍ਹਾਂ ਦੀ ਸ਼ਿਕਾਇਤ ਕੀਤੀ ਗਈ ਹੈ ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਗਿਆ। ਲਿਸਟ ਦੇ ਮੁਤਾਬਕ ਦੱਸਿਆ ਗਿਆ ਕਿ ਵਿਧਾਨ ਸਭਾ ਦੇ ਵਿੱਚ ਜਿਹੜੇ ਸਿਧਾਰਥ ਠਾਕੁਰ ਲਗਾਏ ਗਏ ਨੇ ਕਰਮਚਾਰੀ ਜਿਹੜੇ ਨਿਯੁਕਤ ਕੀਤੇ ਗਏ ਨੇ ਉਹ ਸਪੀਕਰ ਯਾਨੀ ਜਿਹੜੇ ਸਾਬਕਾ ਸਪੀਕਰ ਨੇ ਕੇਪੀ ਰਾਣਾ ਉਹਨਾਂ ਦੇ ਕਰੀਬੀ ਨੇ ਉਹਨਾਂ ਦੇ ਦੋਸਤ ਨੇ ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦੇ ਭਤੀਜੇ ਨੇ ਗੌਰਵ ਠਾਕੁਰ ਉਹ ਵੀ ਸਾਬਕਾ ਸਪੀਕਰ ਜਿਹੜੇ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦੇ ਭਤੀਜੇ ਨੇ ਰੋਪੜ ਤੋਂ ਗੌਰਵ ਰਾਣਾ ਅਤੇ ਸੌਰਵ ਰਾਣਾ ਯਾਨੀ ਇੱਕੋ ਘਰ ਦੇ ਵਿੱਚੋਂ ਹੀ ਦੋ ਭਰਾਵਾਂ ਨੂੰ ਵੀ ਨੌਕਰੀ ਦਿੱਤੀ ਗਈ ਹੈ ਜੋ ਕਿ ਕਾਂਗਰਸੀ ਲੀਡਰ ਦੇ ਹੀ ਕਰੀਬੀ ਨੇ। ਅਜਿਹਾ ਇਸ ਤਰੀਕੇ ਦੇ ਨਾਲ 154 ਲੋਕਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜਿੱਥੇ ਜ਼ਿਆਦਾਤਰ ਨਾਂ ਰਾਣਾ ਕੇਪੀ ਦਾ ਆਇਆ ਸਾਬਕਾ ਸਪੀਕਰ ਜੋ ਰਹੇ ਨੇ ਤਾਂ ਉਸ ਤੋਂ ਇਲਾਵਾ ਮਨਪ੍ਰੀਤ ਬਾਦਲ ਦਾ ਵੀ ਇਸ ਲਿਸਟ ਦੇ ਵਿੱਚ ਨਾਂ ਹੈ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਜਾਂ ਫਿਰ ਕਰੀਬੀਆਂ ਨੂੰ ਨੌਕਰੀ ਦਿੱਤੀ ਹੈ। ਮਲੋਟ ਦੇ ਹਰਸਿਮਰਨਜੀਤ ਨੇ ਜਿਨ੍ਹਾਂ ਨੂੰ ਇੱਥੇ ਨੌਕਰੀ 'ਤੇ ਰੱਖਿਆ ਗਿਆ ਵਿਧਾਨ ਸਭਾ ਦੇ ਵਿੱਚ ਮਨਪ੍ਰੀਤ ਬਾਦਲ ਦਾ ਨਾਂ ਆ ਰਿਹਾ ਕਿ ਮਨਪ੍ਰੀਤ ਬਾਦਲ ਦੇ ਕਰੀਬੀ ਨੇ ਉਹਨਾਂ ਦੀ ਸਿਫਾਰਿਸ਼ 'ਤੇ ਹੀ ਇਹਨਾਂ ਨੂੰ ਨੌਕਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੁਮਨਪ੍ਰੀਤ ਅਤੇ ਡਿਪਟੀ ਸਪੀਕਰ ਮਾਫ ਕਰਨਾ ਸੁਮਨਪ੍ਰੀਤ ਕੌਰ ਨੂੰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਸਿਫਾਰਿਸ਼ 'ਤੇ ਰੱਖਿਆ ਗਿਆ ਕਿਉਂਕਿ ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੇ ਭਾਂਜੀ ਨੇ। ਇਸ ਤੋਂ ਇਲਾਵਾ ਲੁਧਿਆਣਾ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਸਾਂਸਦ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ ਹੈ। ਅਜਿਹਾ ਪੂਰੀ ਜਿਹੜੀ ਉਹ ਲਿਸਟ ਜਾਰੀ ਕੀਤੀ ਗਈ ਹੈ ਕਿਉਂਕਿ 2017 ਤੋਂ ਲੈ ਕੇ 2022 ਹੁਣ ਤੱਕ ਯਾਨੀ ਜਿੰਨੇ ਵੀ ਸਿਫਾਰਿਸ਼ਾਂ 'ਤੇ ਭਰਤੀ ਕੀਤੀ ਗਈ ਹੈ ਉਹਨਾਂ ਨੂੰ ਲੈ ਕੇ ਜਾਂਚ ਹੋਏਗੀ। 154 ਦੱਸੇ ਜਾ ਰਹੇ ਨੇ ਨਾਂ ਜਿਨ੍ਹਾਂ ਦੀ ਭਰਤੀ ਹੋਈ ਹੈ ਅਤੇ ਸਾਰੇ ਕਾਂਗਰਸੀਆਂ ਦੇ ਕਰੀਬੀ ਜਾਂ ਫਿਰ ਰਿਸ਼ਤੇਦਾਰ ਕਹੇ ਜਾਂਦੇ ਨੇ। ਇਹਨਾਂ ਦੇ ਵਿੱਚੋਂ ਹੀ ਨਾਂ ਹੈ ਹਰੀਸ਼ ਕੁਮਾਰ, ਰੋਪੜ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ, ਚੰਡੀਗੜ੍ਹ ਦੇ ਹਰਨਾਮ ਸਿੰਘ, ਮਨਪ੍ਰੀਤ ਬਾਦਲ ਦੇ ਓਐਸਡੀ ਦੇ ਬੇਟੇ ਨੇ। ਤਾਂ ਮਨਪ੍ਰੀਤ ਸਿੰਘ ਬਾਦਲ, ਰਾਣਾ ਕੇਪੀ ਸਮੇਤ ਕਈ ਕਾਂਗਰਸੀ ਲੀਡਰ ਨੇ ਜਿਨ੍ਹਾਂ ਦਾ ਨਾਂ ਸਾਹਮਣੇ ਆਇਆ, ਜਿਨ੍ਹਾਂ ਨੇ ਆਪਣੀ ਸਿਫਾਰਿਸ਼ਾਂ 'ਤੇ ਆਪਣੇ ਕਰੀਬੀਆਂ ਜਾਂ ਫਿਰ ਦੋਸਤਾਂ ਨੂੰ ਨੌਕਰੀਆਂ ਦਿੱਤੀਆਂ ਨੇ ਅਤੇ ਇਸੇ ਨੂੰ ਹੀ ਲੈ ਕੇ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ, ਉਸ ਦੇ ਨਾਲ ਲਿਸਟ ਜਾਰੀ ਕੀਤੀ ਗਈ। ਬਕਾਇਦਾ ਉਹਨਾਂ ਦੇ ਨਾਂ ਦੱਸੇ ਗਏ ਨੇ ਜਿਨ੍ਹਾਂ ਨੂੰ ਸਿਫਾਰਿਸ਼ਾਂ ਦੇ ਉੱਪਰ ਪੰਜਾਬ ਵਿਧਾਨ ਸਭਾ ਦੇ ਅੰਦਰ ਨੌਕਰੀਆਂ ਦਿੱਤੀਆਂ ਗਈਆਂ ਅਤੇ ਹੁਣ ਇਸੇ 'ਤੇ ਹੀ ਮਾਨ ਸਰਕਾਰ ਸਖਤ ਹੋਈ ਹੈ। ਨੋਟਿਸ ਲਿਆ ਗਿਆ ਅਤੇ ਮੌਜੂਦਾ ਸਪੀਕਰ ਜੋ ਨੇ ਕੁਲਤਾਰ ਸਿੰਘ ਸੰਧਵਾਂ ਉਹਨਾਂ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕੀਤੀ ਜਾਏਗੀ। ਸਭ ਤੋਂ ਪਹਿਲਾਂ 154 ਸੀਟਾਂ 154 ਜਿਹੜੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਲੈ ਕੇ ਜਾਂਚ ਹੋਵੇਗੀ। ਜਾਂਚ ਤੋਂ ਬਾਅਦ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਕਿਉਂਕਿ ਭਾਈ ਭਤੀਜਾਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੇਲੇ ਬਿਲਕੁਲ ਨਹੀਂ ਚਲਾਇਆ ਜਾਏਗਾ ਅਤੇ ਜੇਕਰ ਅਜਿਹੇ ਤਰੀਕੇ ਦੇ ਨਾਲ ਨੌਕਰੀਆਂ ਦਿੱਤੀਆਂ ਗਈਆਂ ਤਾਂ ਉਸ 'ਤੇ ਸਖਤ ਨੋਟਿਸ ਵੀ ਲਿਆ ਜਾਏਗਾ। ਇਸ ਤੋਂ ਇਲਾਵਾ ਹੋਰ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਮੈਨੂੰ ਇੱਕ ਐਪਲੀਕੇਸ਼ਨ ਮਿਲੀ ਆ ਜਿਹਦੇ 'ਚ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਭਰਤੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਉਹਨਾਂ 'ਚ ਕੋਈ ਬੇਨੀਮੀ ਦੀ ਸ਼ਿਕਾਇਤ, ਸੋ ਉਹਦੇ ਲਈ ਇੱਕ ਜਾਂਚ ਕਰਵਾਵਾਂਗੇ। ਜੋ ਵੀ ਉਹਦੇ 'ਚ ਕੋਈ ਦੋਸ਼ੀ ਹੋਇਆ ਉਹਦੇ ਖਿਲਾਫ਼ ਬਣਦੀ ਕਾਰਵਾਈ ਕਰਾਂਗੇ।
कि पुरानी सरकारां दे रिश्तेदार दोस्तां सज्जणां मित्रां नूं भी नौकरियां देण दी खबर है विधानसभा दे अंदर। जो भी कुछ कानून दे उल्ट होया होएगा या कानून नूं छिक्के टांकी कीता गया होएगा उहदे खिलाफ कार्रवाई कीती जाएगी। ਕਿਹੜੇ ਲੀਡਰ ਆ ਕਿ ਸਪੀਕਰ ਪੁਰਾਣੇ ਸਪੀਕਰ ਦੀ ਜ਼ਿੰਮੇਵਾਰੀ ਸੀ ਜਾਂ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਉਸ ਵੇਲੇ ਦੀ ਜ਼ਿੰਮੇਵਾਰੀ ਸੀ? ਇਹਦੇ ਬਾਰੇ ਹਲੇ ਬੜਾ ਪ੍ਰੀਮੈਚੁਰ ਹੈ ਕਹਿਣਾ, ਇਸ ਲਈ ਜਾਂਚ ਕਰਵਾ ਰਹੇ ਹਾਂ ਔਰ ਇਹ ਜਲਦੀ ਜਾਂਚ ਮੁਕੰਮਲ ਕਰ ਲਈ ਹੈ। ਕਿੰਨੇ ਕੁ ਲੋਕ ਹੋਣਗੇ ਜਿਹੜੇ ਵਿਧਾਨ ਸਭਾ 'ਚ ਅਜਿਹੇ ਲੱਗੇ? ਇਹ ਜਾਂਚ ਤੋਂ ਬਾਅਦ ਕਹਿ ਸਕਦੇ ਹਾਂ ਆਪਾਂ, ਕਿਉਂਕਿ ਹਲੇ ਤਾਂ ਸ਼ਿਕਾਇਤ ਮਿਲੀ ਹੈ ਨਾ ਜੀ। ਸੋ ਜਾਂਚ ਤੋਂ ਬਾਅਦ ਮੈਂ ਮੀਡੀਆ ਦੇ ਸਾਹਮਣੇ ਲੋਕਾਂ ਸਾਹਮਣੇ ਲੈ ਕੇ ਆਉਂਗਾ। ਮੈਨੂੰ ਇੱਕ ਐਪਲੀਕੇਸ਼ਨ ਮਿਲੀ ਹੈ ਜਿਹਦੇ 'ਚ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਛ ਭਰਤੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਉਹਨਾਂ 'ਚ ਕੋਈ ਬੇਨੀਮੀ ਦੀ ਸ਼ਿਕਾਇਤ। ਸੋ ਉਹਦੇ ਲਈ ਇੱਕ ਜਾਂਚ ਕਰਵਾਵਾਂਗੇ, ਜੋ ਵੀ ਉਹਦੇ 'ਚ ਕੋਈ ਦੋਸ਼ੀ ਹੋਇਆ ਉਹਦੇ ਖਿਲਾਫ਼ ਬਣਦੀ ਕਾਰਵਾਈ ਕਰਾਂਗੇ। ਕਿ ਪੁਰਾਣੀ ਸਰਕਾਰਾਂ ਦੇ ਰਿਸ਼ਤੇਦਾਰ ਦੋਸਤਾਂ ਸੱਜਣਾਂ ਮਿੱਤਰਾਂ ਨੂੰ ਵੀ ਨੌਕਰੀਆਂ ਦੇਣ ਦੀ ਖਬਰ ਹੈ ਵਿਧਾਨ ਸਭਾ ਦੇ ਅੰਦਰ? ਜੋ ਵੀ ਕੁਛ ਕਾਨੂੰਨ ਦੇ ਉਲਟ ਹੋਇਆ ਹੋਏਗਾ ਜਾਂ ਕਾਨੂੰਨ ਨੂੰ ਛਿੱਕੇ ਟਾਂਕੀ ਕੀਤਾ ਗਿਆ ਹੋਏਗਾ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏ। ਕਿਹੜੇ ਲੀਡਰ ਆ ਕਿ ਸਪੀਕਰ ਪੁਰਾਣੇ ਸਪੀਕਰ ਦੀ ਜ਼ਿੰਮੇਵਾਰੀ ਸੀ ਜਾਂ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਉਸ ਵੇਲੇ ਦੀ ਜ਼ਿੰਮੇਵਾਰੀ ਸੀ? ਇਹਦੇ ਬਾਰੇ ਹਲੇ ਬੜਾ ਪ੍ਰੀਮੈਚੁਰ ਹੈ ਕਹਿਣਾ, ਇਸ ਲਈ ਜਾਂਚ ਕਰਵਾ ਰਹੇ ਹਾਂ ਔਰ ਇਹ ਜਲਦੀ ਜਾਂਚ ਮੁਕੰਮਲ ਕਰ ਲਈ ਹੈ। ਕਿੰਨੇ ਕੁ ਲੋਕ ਹੋਣਗੇ ਜਿਹੜੇ ਵਿਧਾਨ ਸਭਾ 'ਚ ਅਜਿਹੇ ਲੱਗੇ? ਇਹ ਜਾਂਚ ਤੋਂ ਬਾਅਦ ਕਹਿ ਸਕਦੇ ਹਾਂ ਆਪਾਂ, ਕਿਉਂਕਿ ਹਲੇ ਤਾਂ ਸ਼ਿਕਾਇਤ ਮਿਲੀ ਹੈ ਨਾ ਜੀ। ਸੋ ਜਾਂਚ ਤੋਂ ਬਾਅਦ ਮੈਂ ਮੀਡੀਆ ਦੇ ਸਾਹਮਣੇ ਲੋਕਾਂ ਸਾਹਮਣੇ ਲੈ ਕੇ ਆਉਂਗਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान फ्री 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 मियां रफीक मोहम्मद मोबाइल 84374 94647 84374 94648। ऑल वर्ल्ड